ਦੁਨੀਆ ਦੇ ਸਭ ਤੋਂ ਅਜੀਬੋ ਗਰੀਬ ਅੰਧ ਵਿਸ਼ਵਾਸ ਅੱਜ ਵੀ ਲੋਕ ਕਰਦੇ ਨੇ ਅਜਿਹੇ ਕੰਮ ਜਿਸਨੇ ਉਡਾ ਦੇਣੇ ਆ ਤੁਹਾਡੇ ਹੋਸ਼। ਵਹਿਮ ਬਹੁਤ ਅਜੀਬ ਹੁੰਦੇ ਨੇ, ਇਹਨਾਂ ਦੀਆਂ ਬਹੁਤੀਆਂ ਜੜ੍ਹਾਂ ਸੱਭਿਆਚਾਰ ਕਾਰਨ ਡੂੰਘੀਆਂ ਨੇ। ਦੁਨੀਆ ਭਰ ਦੇ ਵਿੱਚ ਕਈ ਤਰ੍ਹਾਂ ਦੇ ਅੰਧ ਵਿਸ਼ਵਾਸ ਨੇ ਜਿਨ੍ਹਾਂ ਉੱਤੇ ਦੂਜੇ ਲੋਕ ਵਿਸ਼ਵਾਸ ਨਹੀਂ ਕਰ ਸਕਦੇ। ਕੁਝ ਅੰਧ ਵਿਸ਼ਵਾਸ ਪਰੰਪਰਾਵਾਂ, ਰਸਮਾਂ ਜਾਂ ਰੀਤੀ ਰਿਵਾਜ਼ਾਂ ਦਾ ਰੂਪ ਧਾਰਨ ਕਰ ਲੈਂਦੇ ਨੇ। ਪਰ ਜਦੋਂ ਤੁਹਾਨੂੰ ਇਹਨਾਂ ਅੰਧ ਵਿਸ਼ਵਾਸਾਂ ਦੇ ਬਾਰੇ ਦੱਸਾਂਗੇ ਜਿਹੜੇ ਕਿ ਬਹੁਤ ਸਾਰੇ ਲੋਕ ਮੰਨਦੇ ਨੇ ਅਤੇ ਅੱਜ ਵੀ ਉਹਨਾਂ ਨੂੰ ਕਰਦੇ ਨੇ, ਤਾਂ ਇਸ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਤਾਂ ਆਓ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਕਿ ਇਹਨਾਂ ਅੰਧ ਵਿਸ਼ਵਾਸਾਂ 'ਤੇ ਲੋਕ ਇੰਨਾ ਯਕੀਨ ਕਿਵੇਂ ਰੱਖਦੇ ਨੇ ਅਤੇ ਉਹ ਸਭ ਕੁਝ ਕਰਦੇ ਕਿਵੇਂ ਨੇ। ਅੰਧ ਵਿਸ਼ਵਾਸ ਅਲੌਕਿਕ ਦੇ ਵਿੱਚ ਇੱਕ ਤਰਕਹੀਣ ਵਿਸ਼ਵਾਸ ਹੈ। ਮੰਨਿਆ ਜਾਂਦਾ ਹੈ ਕਿ ਇਹ ਚੰਗੀ ਜਾਂ ਮਾੜੀ ਕਿਸਮਤ ਲਿਆਉਂਦਾ ਹੈ। ਜਦੋਂ ਤੋਂ ਮਨੁੱਖ ਜਾਤੀ ਹੋਂਦ ਵਿੱਚ ਹੈ ਉਦੋਂ ਤੋਂ ਹੀ ਅੰਧ ਵਿਸ਼ਵਾਸ ਹਰ ਥਾਂ ਰਿਹਾ। ਉਹ ਹਰ ਸੱਭਿਆਚਾਰ ਦੇ ਵਿੱਚ ਵੱਖੋ ਵੱਖਰੇ ਹੁੰਦੇ ਨੇ ਅਤੇ ਉਹਨਾਂ ਨੇ ਇਹਨਾਂ ਸੱਭਿਆਚਾਰਾਂ ਅਤੇ ਸਮਾਜ ਦੇ ਵਿੱਚੋਂ ਹਰੇਕ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਆ। ਦੁਨੀਆ ਦੇ ਕੁਝ ਅੰਧ ਵਿਸ਼ਵਾਸ ਬਹੁਤ ਹੀ ਅਜੀਬ ਹੁੰਦੇ ਨੇ ਜਿਸ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਹੁਣ ਗੱਲ ਕਰਾਂਗੇ ਜਪਾਨ ਦੀ। ਜਪਾਨ ਅਜੂਬਿਆਂ ਦਾ ਦੇਸ਼ ਹੈ, ਇੱਥੋਂ ਤੱਕ ਕਿ ਇੱਥੋਂ ਦੇ ਰੀਤੀ ਰਿਵਾਜ਼ ਵੀ ਬਾਕੀ ਦੁਨੀਆ ਨਾਲੋਂ ਵੱਖਰੇ ਨੇ। ਇੱਥੇ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਕਦੇ ਵੀ ਕਬਰਿਸਤਾਨ ਤੋਂ ਲੰਘਦੇ ਹੋ ਤਾਂ ਤੁਹਾਨੂੰ ਆਪਣੇ ਅੰਗੂਠੇ ਨੂੰ ਹੱਥ ਨਾਲ ਦੱਬ ਕੇ ਰੱਖਣਾ ਚਾਹੀਦਾ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਤੁਸੀਂ ਅਜਿਹਾ ਆਪਣੇ ਆਪ ਨੂੰ ਬਚਾਉਣ ਲਈ ਨਹੀਂ, ਸਗੋਂ ਆਪਣੇ ਮਾਪਿਆਂ ਨੂੰ ਬਚਾਉਣ ਲਈ ਕਰ ਰਹੇ ਹੋ। ਜਪਾਨੀ ਦੇ ਵਿੱਚ ਅੰਗੂਠੇ ਦਾ ਅਰਥ ਹੈ ਮਾਪਿਆਂ ਦੀ ਉਂਗਲੀ। ਇਸ ਲਈ ਅੰਗੂਠੇ ਨੂੰ ਹੱਥ ਵਿੱਚ ਦਬਾ ਕੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਮੌਤ ਤੋਂ ਬਚਾ ਸਕਦੇ ਹੋ। ਤੁਹਾਨੂੰ ਸਪੇਨ ਦਾ ਇਹ ਅੰਧ ਵਿਸ਼ਵਾਸ ਪਸੰਦ ਨਹੀਂ ਆਵੇਗਾ। ਇੱਥੇ ਨਵੇਂ ਸਾਲ ਦੀ ਸ਼ਾਮ ਨੂੰ ਅੱਧੀ ਰਾਤ ਨੂੰ 12 ਅੰਗੂਰ ਖਾਣਾ ਇੱਕ ਪਰੰਪਰਾ ਹੈ ਅਤੇ ਇੱਕ ਅੰਧ ਵਿਸ਼ਵਾਸ ਵੀ ਮੰਨਿਆ ਜਾਂਦਾ, ਜੋ 1895 ਤੋਂ ਸ਼ੁਰੂ ਹੋਇਆ ਸੀ। 12 ਅੰਗੂਰ 12 ਮਹੀਨਿਆਂ ਦੀ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ 12 ਘੰਟਿਆਂ ਵਿੱਚੋਂ ਹਰੇਕ ਲਈ ਇੱਕ ਅੰਗੂਰ ਖਾਂਦਾ ਹੈ ਤਾਂ ਉਸਦਾ ਸਾਲ ਖੁਸ਼ਹਾਲ ਅਤੇ ਖੁਸ਼ਹਾਲ ਹੋ ਜਾਂਦਾ ਹੈ। ਤੁਸੀਂ ਇਸ 'ਤੇ ਬਿਲਕੁਲ ਵਿਸ਼ਵਾਸ ਨਹੀਂ ਕਰੋਗੇ। 3 ਸਿਗਰਟਾਂ, ਜਿਸ ਨੂੰ ਮੈਚ ਦੀ ਤੀਜੀ ਰੋਸ਼ਨੀ ਜਾਂ ਅਸ਼ੁਭ ਤੀਜੀ ਰੋਸ਼ਨੀ ਵੀ ਕਿਹਾ ਜਾਂਦਾ ਹੈ, ਉਸ ਨੂੰ ਇੱਕ ਬੁਰਾ ਸ਼ਗਨ ਮੰਨਿਆ ਜਾਂਦਾ। ਇਹ ਪਹਿਲੇ ਵਿਸ਼ਵ ਯੁੱਧ ਨਾਲ ਸ਼ੁਰੂ ਹੋਇਆ ਸੀ। ਸਿਪਾਹੀਆਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਵਿੱਚੋਂ 3 ਜਣੇ ਇੱਕ ਹੀ ਮਾਚਿਸ ਉੱਤੋਂ ਸਿਗਰਟ ਜਗਾਉਂਦੇ ਨੇ ਤਾਂ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਵੇਗੀ, ਜਾਂ ਮਾਚਿਸ ਦੀ ਸਟਿਕ ਉੱਤੋਂ ਬੈਠਾ ਤੀਜਾ ਵਿਅਕਤੀ ਗੋਲੀ ਲੱਗਣ ਨਾਲ ਮਰ ਜਾਵੇਗਾ। ਉਹਨਾਂ ਦਾ ਮੰਨਣਾ ਸੀ ਕਿ ਮਾਚਿਸ ਨੂੰ ਸਾੜਨ ਨਾਲ ਦੁਸ਼ਮਣ ਦੇ ਸਨਾਈਪਰ ਨੂੰ ਉਹਨਾਂ ਦੇ ਟਿਕਾਣੇ ਦਾ ਪਤਾ ਲੱਗ ਜਾਵੇਗਾ। ਦੁਨੀਆ ਭਰ ਦੇ ਵਿੱਚ ਕੁਝ ਥਾਵਾਂ 'ਤੇ ਛੱਤਰੀ ਨੂੰ ਘਰ ਦੇ ਅੰਦਰ ਖੋਲ੍ਹਣਾ ਬਹੁਤ ਹੀ ਮਾੜੀ ਕਿਸਮਤ ਮੰਨਿਆ ਜਾਂਦਾ। ਇਹ ਅੰਧ ਵਿਸ਼ਵਾਸ ਪ੍ਰਾਚੀਨ ਮਿਸ਼ਰੀ ਲੋਕਾਂ ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਛੱਤਰੀਆਂ ਦੀ ਵਰਤੋਂ ਉੱਚ ਕੋਟੀ ਦੇ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ, ਮੀਂਹ ਤੋਂ ਨਹੀਂ। ਘਰ ਦੇ ਅੰਦਰ ਛੱਤਰੀ ਖੋਲ੍ਹਣ ਨਾਲ ਸੂਰਜ ਦੇਵਤਾ ਨੂੰ ਗੁੱਸਾ ਆਉਂਦਾ ਸੀ ਅਤੇ ਉਸਨੂੰ ਸਜ਼ਾ ਮਿਲਦੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਮੌਸਮ ਭਵਿੱਖਬਾਣੀ ਕਰਦਾ ਹੈ ਤਾਂ ਕਿਸੇ ਖਾਸ ਦਿਨ ਮੀਂਹ ਪਵੇਗਾ ਅਤੇ ਤੁਸੀਂ ਆਪਣੀ ਛੱਤਰੀ ਆਪਣੇ ਨਾਲ ਲੈ ਕੇ ਜਾਓ ਤਾਂ ਮੀਂਹ ਨਹੀਂ ਪਵੇਗਾ। ਪਰ ਜੇ ਤੁਸੀਂ ਆਪਣੀ ਛੱਤਰੀ ਨੂੰ ਘਰ ਛੱਡ ਦਿੰਦੇ ਹੋ ਤਾਂ ਫਿਰ ਸੱਚਮੁੱਚ ਮੀਂਹ ਪਵੇਗਾ। ਕਾਲੀਆਂ ਬਿੱਲੀਆਂ ਬਹੁਤ ਸਾਰੀਆਂ ਸੱਭਿਆਚਾਰਾਂ ਦੇ ਵਿੱਚ ਅੰਧ ਵਿਸ਼ਵਾਸ ਨਾਲ ਡੂੰਘੀਆਂ ਜੁੜੀਆਂ ਹੋਈਆਂ ਨੇ। ਕਾਲੀਆਂ ਬਿੱਲੀਆਂ ਨੂੰ ਲੰਬੇ ਸਮੇਂ ਤੋਂ ਬੁਰਾ ਸ਼ਗਨ ਅਤੇ ਡਰ ਦਾ ਚਿੰਨ੍ਹ ਮੰਨਿਆ ਜਾਂਦਾ।
ਮੱਧ ਯੁੱਗ ਦੇ ਵਿੱਚ ਇੱਕ ਕਾਲੀ ਬਿੱਲੀ ਆਉਣ ਵਾਲੀ ਮੌਤ ਦੀ ਨਿਸ਼ਾਨੀ ਸੀ। ਅੱਜ ਵੀ ਬਿੱਲੀਆਂ ਦਾ ਨਜ਼ਰ ਆਉਣਾ ਜਾਂ ਰਾਸਤਾ ਪਾਰ ਕਰਨਾ ਕਿਸੇ ਮਾੜੀ ਚੀਜ਼ ਦਾ ਸੰਕੇਤ ਮੰਨਿਆ ਜਾਂਦਾ। ਉਹਨਾਂ ਨੂੰ ਜਾਦੂ ਟੂਣੇ ਨਾਲ ਵੀ ਜੋੜਿਆ ਜਾਂਦਾ ਆ। ਹੁਣ ਗੱਲ ਕਰਦੇ ਹਾਂ ਕੋਰੀਆ ਦੀ। ਕੋਰੀਆ ਦੇ ਵਿੱਚ ਇੱਕ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਸੀਵਿਡ ਸੂਪ ਪੀਣਾ ਬੁਰੀ ਕਿਸਮਤ ਮੰਨਿਆ ਜਾਂਦਾ। ਉਹਨਾਂ ਦਾ ਮੰਨਣਾ ਹੈ ਕਿ ਸੂਪ ਪੀਣ ਦੇ ਨਾਲ ਤੁਹਾਡੇ ਦਿਮਾਗ ਤੋਂ ਜਾਣਕਾਰੀ ਦੂਰ ਹੋ ਜਾਵੇਗੀ। ਇਸ ਦੀ ਬਜਾਏ ਤੁਸੀਂ ਸਟਿੱਕੀ ਭੋਜਨ ਜਿਵੇਂ ਟੌਫੀ ਜਾਂ ਸਟਿੱਕੀ ਕੈਡਸ ਖਾਣਾ ਚਾਹੀਦਾ। ਇਸ ਨੂੰ ਸ਼ੁੱਭ ਮੰਨਿਆ ਜਾਂਦਾ ਆ। ਤਾਂ ਤੁਹਾਨੂੰ ਇਸ ਅੰਧ ਵਿਸ਼ਵਾਸ ਦੇ ਬਾਰੇ ਕੀ ਲੱਗਦਾ ਕਿ ਵਾਕਈ ਸਭ ਕੁਝ ਸੱਚ ਹੈ? ਤਾਂ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ।